ਨੰਬਰ 7 ਪੁੜੇ ਚੁੱਕਣਾ ਅਤੇ ਖੜ੍ਹੇ ਹੋਣ ਲਈ ਬੈਠਣਾ। ਜੇ ਲੋੜ ਹੋਵੇ ਤਾਂ ਕੁਰਸੀ ਦੇ ਮੋਹਰੇ ਨੂੰ ਹੋ ਕੇ ਬੈਠੋ, ਪੈਰ ਕੁਰਸੀ ਦੇ ਨੇੜੇ ਰੱਖੋ, ਆਪਣੇ ਹੱਥ ਕੁਰਸੀਆਂ ਦੀਆਂ ਬਾਹਾਂ 'ਤੇ ਜਾਂ ਪੱਟਾਂ 'ਤੇ ਰੱਖੋ, ਅਗਾਂਹ ਨੂੰ ਚੁੱਕੋ, ਅੱਡੀਆਂ ਨੂੰ ਫਰਸ਼ ਵੱਲ ਨੂੰ ਧੱਕਦੇ ਹੋਏ ਖੜ੍ਹੇ ਹੋਣ ਦੀ ਕੋਸ਼ਿਸ਼ ਕਰੋ, ਵਾਪਸ ਆਰਾਮ ਨਾਲ ਬੈਠੋ, 2-3 ਵਾਰੀ ਕਰੋ। ਇਸ ਵਾਰੀ ਆਪਣੇ ਪੁੜੇ ਥੋੜ੍ਹੇ ਜਿਹੇ ਕੁਰਸੀ ਤੋਂ ਚੁੱਕੋ, ਆਪਣੇ ਪੈਰਾਂ 'ਤੇ ਭਾਰ ਪੈਂਦਾ ਮਹਿਸੂਸ ਕਰੋ, ਵਾਪਸ ਬੈਠੋ, ਆਰਾਮਦੇਹ ਹੋਵੋ, 2-3 ਵਾਰੀ ਹੋਰ ਕਰੋ। ਜੇ ਬਹੁਤ ਸੌਖਾ ਲੱਗੇ ਅਤੇ ਜੇ ਵਾਕਰ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਨੂੰ ਬ੍ਰੇਕਾਂ ਲਗਾ ਕੇ ਸਾਹਮਣੇ ਖੜ੍ਹਾ ਕਰੋ, ਹੱਥ ਕੁਰਸੀ ਦੀਆਂ ਬਾਹਾਂ 'ਤੇ ਪੱਟਾਂ 'ਤੇ ਰੱਖੋ, ਅਗਾਂਹ ਨੂੰ ਚੁੱਕੋ, ਆਪਣੇ ਪੈਰਾਂ 'ਤੇ ਭਾਰ ਪੈਂਦਾ ਮਹਿਸੂਸ ਕਰੋ, ਖੜ੍ਹੇ ਹੋਵੋ, 5 ਸਕਿੰਟਾਂ ਲਈ ਖੜ੍ਹੇ ਹੋਵੋ। ਜੇ ਲੋੜ ਹੋਵੇ ਤਾਂ ਵਾਕਰ ਨੂੰ ਫੜ ਕੇ ਹੌਲੀ ਹੌਲੀ ਬੈਠੋ, ਜੇ ਲੋੜ ਹੋਵੇ ਤਾਂ ਕੁਰਸੀ ਦੀਆਂ ਬਾਹਾਂ ਨੂੰ ਫੜਨ ਲਈ ਪਿੱਛੇ ਜਾਓ, 2-3 ਵਾਰੀ ਦੁਹਰਾਓ। ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਕਰੋ, 15 ਵਾਰੀ ਪੂੜੇ ਚੁੱਕਣ ਅਤੇ 15 ਵਾਰੀ ਖੜ੍ਹਨ ਤੱਕ। ਹੌਲੀ ਹੌਲੀ ਆਪਣੀ ਬਾਹਾਂ ਦੀ ਵਰਤੋਂ ਘੱਟ ਕਰਦੇ ਜਾਓ, ਜਦ ਤੱਕ ਤੁਸੀਂ ਆਪਣੀ ਬਾਹਾਂ ਦੀ ਮਦਦ ਤੋਂ ਬਿਨਾਂ ਖੜ੍ਹੇ ਹੋਣ ਨਹੀਂ ਲੱਗ ਜਾਂਦੇ। ਵਧੀਆ, ਤੁਸੀਂ ਆਪਣਾ ਪਹਿਲਾ ਪੱਧਰ ਪਾਰ ਕਰ ਲਿਆ ਹੈ। ਇਹ ਸਾਰੀਆਂ ਕਸਰਤਾਂ ਰੋਜ਼ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖ ਸਕਦੇ ਹੋ।